ਅੱਜ ਆਪਾਂ ਫਰੀਦਕੋਟ 'ਚ ਆ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰਮਾਣਾ ਜੀ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਯੂਥ ਅਕਾਲੀ ਦਲ ਤਰਫੋਂ ਉਪਰਾਲਾ ਕੀਤਾ ਗਿਆ ਇੱਕ ਬਹੁਤ ਵਧੀਆ 25 ਬਿਸਤਰਿਆਂ ਦਾ ਕੋਵਿਡ ਸੈਂਟਰ ਅੱਜ ਉਹਨਾਂ ਨੇ ਖੋਲ੍ਹਿਆ ਜਿੱਥੇ ਹਰ ਕਿਸਮ ਦਾ ਇੰਤਜ਼ਾਮ ਹੈ। ਮੈਂ ਜਿੰਨੇ ਵੀ ਕੋਵਿਡ ਸੈਂਟਰ ਅਸੀਂ ਖੋਲ੍ਹੇ ਹੈ ਮੈਂ ਸਪਸ਼ਟ ਤਰੀਕੇ ਨਾਲ ਕਹਿ ਸਕਦਾ ਜਿੰਨੇ ਸਰਕਾਰੀ ਕੋਵਿਡ ਸੈਂਟਰਾਂ ਨਾਲ 100 ਗੁਣਾ ਬੈਟਰ ਹੈ। ਇੱਥੇ ਤੁਸੀਂ ਦੇਖਿਓ ਹੋਣਾ ਏਅਰ ਕੰਡੀਸ਼ਨ ਵੀ ਲੱਗੇ ਹੈ, ਵਧੀਆ ਮਸ਼ੀਨਸ ਹੈਗੀਆਂ, ਡਾਕਟਰ ਹੈ, ਨਰਸਿਸ ਹੈ, ਭਾਵਨਾ ਹੈ, ਸੇਵਾ ਕਰਨ ਦੀ ਭਾਵਨਾ ਹੈ, ਲੰਗਰ ਤੋਂ ਲੈ ਕੇ ਹਰ ਕਿਸਮ ਸ਼ਾਮ ਨੂੰ ਕੀਰਤਨ ਚੱਲਦਾ ਹੈ। ਸੋ ਜਿਹੜੇ ਲੋਕ ਸਰਕਾਰੀ ਹਸਪਤਾਲਾਂ 'ਚ ਕਿਉਂ ਨਹੀਂ ਜਾਂਦੇ, ਕਿਉਂ ਡਰ ਲੱਗਦਾ ਕਿ ਉੱਥੇ ਸੇਵਾ ਭਾਵਨਾ ਨਾਲ ਕੰਮ ਨਹੀਂ ਹੋ ਰਿਹਾ। ਕਈ ਲੋਕ ਵਿਚਾਰੇ ਬੈਠੇ ਰਹਿੰਦੇ, ਸ਼ਾਮ ਤੱਕ ਚਾਹ ਹੀ ਨਹੀਂ ਮਿਲਦੀ, ਰੋਟੀ ਨਹੀਂ ਮਿਲਦੀ, ਉੱਥੇ ਦਵਾਈਆਂ ਵਾਸਤੇ ਰਹਿੰਦੇ ਹੈ। ਅਤੇ ਮੈਂ ਵਧਾਈ ਦੇਣਾ ਯੂਥ ਅਕਾਲੀ ਦਲ ਨੂੰ ਜਿਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ। ਅੱਜ ਜਿਹੜੀ ਹਾਲਾਤ ਹੈ ਪੰਜਾਬ ਦੀ, ਖਬਰਾਂ ਹੋਰ ਹੈ, ਅਸਲੀਅਤ ਹੋਰ ਹੈ। ਖਬਰਾਂ 'ਚ ਲਿਖੋਗੇ ਕਿ 3000 ਇਕੱਲੇ ਰਹਿ ਗਏ ਕੇਸ, ਪਰ ਮੈਂ ਤਾਂ ਹੁਣ ਪਿੰਡਾਂ 'ਚ ਰਹਿੰਦਾ, ਮੈਂ ਆਪਣੇ ਲਗਾਤਾਰ ਮੇਰੀ ਆਦਤ ਹੈ ਰੋਜ਼ ਤਕਰੀਬਨ 50-60 ਲੋਕ ਪੰਚਾਇਤਾਂ ਨੂੰ ਮੈਂ ਟੈਲੀਫੋਨ ਕਰਦਾ ਹੁੰਦਾ। ਮੈਂ ਜਿਹੜੇ ਪਿੰਡ ਨੂੰ ਗੱਲ ਕੀਤੀ ਹੈ, ਪੰਚਾਇਤ ਨੂੰ ਗੱਲ ਕੀਤੀ ਹੈ, ਪਿੰਡਾਂ ਵਿੱਚ 100 ਬੰਦੇ ਤੋਂ ਲੈ ਕੇ 300 ਲੋਕਾਂ ਨੂੰ ਕੋਵਿਡ ਹੋਇਆ ਪਿਆ, ਪਰ ਉੱਥੇ ਕੋਈ ਸਰਕਾਰ ਦਾ ਕੋਈ ਉੱਥੇ ਨਾ ਆਉਣਾ ਜਾਂ ਜਾਣਾ। ਆਹ ਜਿਹੜੇ ਅੰਕੜੇ ਆਉਂਦੇ ਆ, ਆਹ ਤਾਂ ਉਹ ਲੋਕ ਦੇ ਆਉਂਦੇ ਆ ਜਿਹੜੇ ਅਖੀਰਲੇ ਪੜਾਅ 'ਤੇ ਹੁੰਦੇ ਆ, ਜਿਹੜੇ ਉਹਨਾਂ ਨੂੰ ਪਤਾ ਕਿ ਹੁਣ ਬਚਣਾ ਔਖਾ ਅਤੇ ਉਹ ਹਸਪਤਾਲ ਜਾਂਦੇ ਆ, ਉਹਨਾਂ ਦੀ ਗਿਣਤੀ ਹੋ ਰਹੀ ਹੈ। ਜਿਹੜੇ ਅਸਲੀ ਲੋਕ ਜਿਹੜੇ ਪਿੰਡਾਂ 'ਚ ਹੈ ਉਹ ਕੋਵਿਡ ਨਾਲ ਜੂਝ ਰਹੇ ਹੈ, ਉੱਥੇ ਕੋਈ ਪ੍ਰਬੰਧ ਹੀ ਨਹੀਂ ਹੈ। ਨੇੜੇ ਤੇੜੇ ਜੇ ਤੁਸੀਂ, ਮੈਂ ਫਾਜ਼ਿਲਕਾ ਜ਼ਿਲ੍ਹਾ ਗੱਲ ਕਰਦਾ, ਸਾਰੇ ਜ਼ਿਲ੍ਹੇ 'ਚ ਕੋਵਿਡ ਸੈਂਟਰ ਜੇ ਬਣਾਇਆ ਤਾਂ ਜ਼ਿਲ੍ਹਾ ਲਾਭਾਦ ਬਣਾਇਆ ਤਾਂ ਪੂਰੇ ਜ਼ਿਲ੍ਹੇ ਵਾਸਤੇ ਉੱਥੇ ਜਾਣਾ ਬਹੁਤ ਮੁਸ਼ਕਲ ਹੈ। ਮੈਂ ਪਿਛਲੇ 15-20 ਦਿਨ ਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਰਿਹਾ ਕਿ ਹਰ ਬਲਾਕ ਵਿੱਚ 25 ਬੈੱਡ ਦਾ ਕੋਵਿਡ ਸੈਂਟਰ ਬਣਾਇਆ ਜਾਏ। ਜੇ ਯੂਥ ਅਕਾਲੀ ਦਲ ਬਣਾ ਸਕਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲ ਬਣਾ ਸਕਦਾ, ਕਈ ਸੰਸਥਾ ਬਣਾ ਸਕਦੀਆਂ ਪਿਛਲੇ 5-6 ਦਿਨਾਂ ਦੇ ਅੰਦਰ 25-25 ਬੈੱਡ ਦੇ ਕੋਵਿਡ ਸੈਂਟਰ, ਪੰਜਾਬ ਸਰਕਾਰ ਵਾਸਤੇ ਇੱਕ ਮਿੰਟ ਦਾ ਕੰਮ ਹੈ। ਪਰ ਨਹੀਂ, ਆਪਣੀ ਲੜਾਈ ਦੇ ਵਿੱਚ ਜੁੱਝੇ ਹੈ, ਆਪਣੀ ਕੁਰਸੀ ਬਚਾਉਣ 'ਤੇ ਲੱਗੇ ਹੈ, ਉਹਨਾਂ ਨੂੰ ਕੋਈ ਦਰਦ ਨਹੀਂ, ਕੋਈ ਪਰਵਾਹ ਨਹੀਂ, ਕੋਈ ਇੰਜੈਕਸ਼ਨ ਵੈਕਸੀਨੇਸ਼ਨ ਦਾ ਕੋਈ ਉਹਨਾਂ ਦਾ ਕੋਈ ਨਿਸ਼ਾਨਾ ਨਹੀਂ। ਅੱਜ ਜੇ ਮੈਂ, ਜੇ ਕੋਈ ਵੀ ਪੰਜਾਬ ਦਾ ਰੈਜੀਡੈਂਟ ਹੈ, ਜੇ ਉਹਨੂੰ ਕੋਵਿਡ ਹੋ ਜਾਂਦਾ, ਉਹਨੂੰ ਪਤਾ ਨਹੀਂ ਮੈਂ ਕਿਹੜਾ ਟੈਲੀਫੋਨ 'ਤੇ ਕਿੱਥੇ ਡਾਇਲ ਕਰਾਂ, ਕਿਹਨੂੰ ਟੈਲੀਫੋਨ ਕਰਾਂ, ਕਿਹੜੇ ਸੈਂਟਰ 'ਚ ਦਾਂ, ਕਿੱਥੇ ਆਕਸੀਜਨ ਹੈ, ਕਿੱਥੇ ਨਹੀਂ ਹੈ, ਕਿੱਥੇ ਵੈਂਟੀਲੇਟਰ ਹੈ ਜਾਂ ਨਹੀਂ ਹੈ। ਲੋਕ ਆਪਣੇ ਆਪ ਹੀ ਧੰਕੇ ਖਾਂਦੇ ਖਾਂਦੇ ਪਹੁੰਚਦੇ ਹੈ। ਆਹ ਮੌਤਾਂ ਜਿਹੜੀਆਂ ਪੰਜਾਬ 'ਚ ਸਾਰੇ ਸੂਬਿਆਂ ਨਾਲ ਸਭ ਤੋਂ ਜ਼ਿਆਦਾ ਮੌਤਾਂ ਪੰਜਾਬ 'ਚ ਕਿਉਂ ਹੈ, ਪੰਜਾਬ ਦੀ ਸਰਕਾਰ ਦੀ ਨਲਾਇਕੀ ਕਰਕੇ ਹੈ, ਕਿਉਂਕਿ ਪੰਜਾਬ ਦੀ ਸਰਕਾਰ ਨੇ ਉਹ ਪ੍ਰਬੰਧ ਹੀ ਨਹੀਂ ਕੀਤਾ। 22 ਜ਼ਿਲ੍ਹਿਆਂ 'ਚੋਂ 17 ਜ਼ਿਲ੍ਹਿਆਂ 'ਚ ਵੈਂਟੀਲੇਟਰ ਹੈ ਨਹੀਂ, 3rd ਲੈਵਲ ਦੀ ਟ੍ਰੀਟਮੈਂਟ ਹੈ ਨਹੀਂ। ਇਸ ਕਰਕੇ ਆਹ ਹੁਣ ਮੈਂ ਅਪੀਲ ਕਰਨਾ ਚਾਹੁੰਦਾ ਸਾਰੀਆਂ ਸੰਸਥਾ ਨੂੰ, ਜਿੰਨੇ ਔਰਗਨਾਈਜੇਸ਼ਨ ਹੈ, NGO ਨੂੰ, ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਕੋਸ਼ਿਸ਼ ਕਰੇ ਹਰ NGO ਆਪਣੇ ਇਲਾਕੇ 'ਚ ਘੱਟ ਤੋਂ ਘੱਟ ਇੱਕ ਕੋਵਿਡ ਸੈਂਟਰ ਜ਼ਰੂਰ ਖੋਲ੍ਹਣ। ਇੱਕ ਬਹੁਤ ਵੱਡੀ ਦੇਣ ਆਪਣੀ ਕੌਮ ਵਾਸਤੇ, ਉਹ ਪੰਜਾਬੀਆਂ ਵਾਸਤੇ ਹੋਊਗੀ ਜੇ ਸਾਰੇ NGO, ਮੈਨੂੰ ਲੱਗਦਾ ਘੱਟ ਤੋਂ ਘੱਟ 1000 NGO ਹੋਣੇ ਹੈ। ਜੇ ਆਪਾਂ ਸਾਰੇ NGO ਇਕੱਠੇ ਹੋ ਕੇ ਇੱਕ ਇੱਕ ਸੈਂਟਰ ਵੀ ਖੋਲ੍ਹੀਏ, ਤੁਸੀਂ ਦੇਖੋ ਆਪਾਂ ਪੰਜਾਬ ਦੀ ਕਿੰਨੀਆਂ ਜਾਨਾਂ ਬਚਾ ਸਕਾਂਗੇ। ਅਤੇ ਮੈਂ ਤਾਂ ਸਾਰੇ ਜਿੰਨੇ ਅਮੀਰ ਲੋਕ ਹੈ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਕੰਟਰੀਬਿਊਟ ਕਰਨ, ਆਪਾਂ ਸਰਕਾਰ 'ਤੇ ਨਿਰਭਰ ਨਾ ਹੋਈਏ, ਕੰਟਰੀਬਿਊਟ ਕਰਨ। ਵੈਕਸੀਨੇਸ਼ਨ ਵੀ ਲਾਉਣੀ ਬਹੁਤ ਜ਼ਰੂਰੀ ਹੈ। ਜੇ ਹੁਣ ਸਰਕਾਰ ਤਾਂ ਪੈਸਾ ਲਾ ਨਹੀਂ ਰਹੀ, 1000 ਸਰਕਾਰ ਨੂੰ, ਮੈਂ ਕੈਪਟਨ ਸਾਹਿਬ ਨੂੰ ਕਿਹਾ ਸੀ 1000 ਕਰੋੜ ਰੁਪਇਆ ਇਮੀਡੀਏਟਲੀ ਭੇਜੋ ਤਾਂ ਵੈਕਸੀਨ ਲਿਆਓ, ਤਾਂ 6 ਮਹੀਨੇ 'ਚ ਪੰਜਾਬ ਦੇ ਹਰ ਪੰਜਾਬੀ ਨੂੰ ਵੈਕਸੀਨ ਲਾ ਦਿਓ ਅਤੇ ਫਿਰ ਆਪਾਂ ਬਚ ਜਾਵਾਂਗੇ। ਪਰ ਨਹੀਂ, ਉਸ ਤਰਫ ਸੋਚ ਜਾ ਹੀ ਨਹੀਂ ਰਹੀ। ਮੈਂ ਕਹਿ ਕੇ 15 ਦਿਨ ਹੋ ਗਏ ਇੱਕੋ ਹੀ ਗੱਲ ਕਹਿ ਰਿਹਾ, ਪਰ ਨਾ ਉਹਨਾਂ ਦਾ ਕੋਈ ਬਿਆਨ ਆਇਆ, ਨਾ ਉਹਨਾਂ ਦਾ ਕੋਈ ਇਰਾਦਾ ਦਿਖਿਆ, ਪਰ ਇਕੱਲਾ ਇੱਕੋ ਹੀ ਅਖਬਾਰਾਂ ਜਾ ਰਿਹਾ ਕਿ ਅੱਜ ਕੋਈ ਦਿੱਲੀ ਜਾ ਰਿਹਾ ਮੀਟਿੰਗ ਕਰਨ ਵਾਸਤੇ, ਕੁਰਸੀ ਵਜਾਉਣ ਵਾਸਤੇ ਕਿਤੇ ਕਿਤੇ ਚੱਲ ਰਿਹਾ। ਦੂਜੀ ਗੱਲ ਮੈਂ ਜਿਹੜਾ ਕਹਿਣਾ ਚਾਹੁੰਦਾ, ਜਿਹੜੀ ਹਾਲਾਤ ਹੈ ਅੱਜ,
ਪੰਜਾਬ ਵਿੱਚ ਦੋ ਤਿੰਨ ਵੱਡੀਆਂ ਬੁਰੀਆਂ ਖਬਰਾਂ ਜਿਹੜੀਆਂ ਆ ਰਹੀਆਂ, ਇੱਕ ਤਾਂ ਜਿਹੜੀ ਗੈਂਗਸਟਰਾਂ ਨੇ ਲੁੱਟ ਖੋਹ ਬਚਾਈ ਹੈ, ਖਾਸ ਕਰਕੇ ਮੈਂ ਦੇਖਿਆ ਮਾਲਵਾ ਅਤੇ ਲੁਧਿਆਣੇ ਸਾਈਡ 'ਤੇ ਅਤੇ ਅੰਮ੍ਰਿਤਸਰ ਸਾਈਡ 'ਤੇ ਮੈਂ ਦੇਖਿਆ, ਮੈਨੂੰ ਰੋਜ਼ 40-50 ਵਪਾਰੀਆਂ ਦੇ ਫੋਨ ਆ ਰਹੇ ਹੈ, ਕੋਈ ਡਾਕਟਰਾਂ ਦੇ ਆ ਰਹੇ ਹੈ, ਜਿਹਦੇ ਕੋਈ ਚੰਗਾ ਸਾਧਨ ਹੈ, ਪੈਸੇ ਹੈ, ਜਿਹਦੀ ਚੰਗੀ ਕੋਠੀ ਹੈ, ਉਹਨਾਂ ਦੇ ਫੋਨ ਆਉਂਦੇ ਆ, ਕਹਿੰਦੇ ਜੀ ਸਾਨੂੰ ਟੈਲੀਫੋਨ ਆਉਂਦੇ ਆ ਗੈਂਗਸਟਰਾਂ ਦੇ ਕਿ ਜੇ ਤੁਸੀਂ ਨਾ ਪੈਸਾ ਦਿੱਤਾ ਅਸੀਂ ਤੁਹਾਡੇ ਬੱਚੇ ਚੱਕ ਕੇ ਲੈ ਜਾਵਾਂਗੇ, ਤੁਹਾਨੂੰ ਮਾਰ ਦਾਂਗੇ, ਤੁਹਾਨੂੰ ਆਹ ਕਰਾਂਗੇ, ਧਮਕੀਆਂ ਇੰਨੀਆਂ ਆ ਰਹੀਆਂ ਅਤੇ 90% ਲੋਕ ਚੁੱਪ ਚਾਪ ਉਹਨਾਂ ਨੂੰ ਪੈਸੇ ਦੇਈ ਜਾਂਦੇ ਆ। ਭਰੋਸਾ ਪੰਜਾਬ ਸਰਕਾਰ 'ਤੇ ਉੱਠ ਖੜਾ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕੀ ਹੋਊਗਾ। ਇਸ ਕਰਕੇ ਮੈਂ DGP ਨੂੰ ਕਹਿਣਾ ਚਾਹੁੰਦਾ, ਤੁਹਾਡੀ ਸਭ ਤੋਂ ਵੱਡੀ ਤਾਕਤ ਹੁਣ ਤੁਹਾਡੇ ਕੋਲ, DGP ਸਾਹਿਬ ਜ਼ਿੰਮੇਵਾਰੀ ਤੁਹਾਡੀ ਹੈ। ਜੇ ਕੈਪਟਨ ਦਾ ਤੁਹਾਡਾ ਭਰੋਸਾ ਹੈ ਨਹੀਂ, ਕੈਪਟਨ ਨੇ ਕੁਛ ਨਹੀਂ ਕਰਨਾ, ਨਾ ਪੰਜਾਬੀ ਹੁਣ ਮੰਨਦੇ ਕੈਪਟਨ ਮੁੱਖ ਮੰਤਰੀ, ਪਰ DGP ਪੰਜਾਬ ਦਾ ਮੁਖੀ ਹੈ, ਪੁਲਿਸ ਦਾ ਮੁਖੀ ਹੈ, ਆਹ ਗੈਂਗਸਟਰ ਨੂੰ ਨੱਥ ਪਾਓ। ਮੈਂ ਗਰੰਟੀ ਕਰਦਾ ਪਰਮਾਤਮਾ ਅਮਰੀਕਾ ਸਰਕਾਰ ਹੈ, ਸਾਰੇ ਬੰਦ ਕਰਕੇ ਅੰਦਰ ਸਿੱਟੇ ਹੋਣਗੇ, ਜਿੰਨਾ ਗੰਦ ਗੈਂਗਸਟਰ ਨੇ ਪਾਇਆ, ਬਹੁਤ ਵੱਡਾ ਦਹਿਸ਼ਤ ਦਾ ਮਾਹੌਲ ਪੰਜਾਬ ਦੇ ਅੰਦਰ ਕੀਤਾ ਹੈ। ਮੈਂ ਉਹੀ ਕਹਿ ਰਿਹਾ ਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ, ਜਿੰਨੇ ਗੈਂਗਸਟਰ ਹੈ ਉਹਨਾਂ ਨੂੰ ਕਾਂਗਰਸ ਦੇ ਮੰਤਰੀ ਅਤੇ MLA ਉਹਨਾਂ ਨੂੰ ਪੂਰਾ ਉਹਨਾਂ ਦੇ ਪਿੱਠ 'ਤੇ ਹੱਥ ਲਾਉਂਦੇ ਆ। ਸਭ ਤੋਂ ਵੱਡਾ ਦੁਆਬ ਮਾਝੇ ਗੈਂਗਸਟਰ ਭਗਵਾਨਪੁਰੀਆ, ਉਹਦੀ ਮਾਂ ਨੂੰ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਜਾਂ ਮਤਲਬ ਦਾ ਬਲਾਕ ਸਮਿਤੀ ਟਿਕਟ ਦੇ ਕੇ ਉਹਨੂੰ ਚੇਅਰਮੈਨ ਬਣਾਇਆ, ਗੈਂਗਸਟਰ ਦੀ ਮਾਂ ਨੂੰ। ਆਹ ਜਿਹੜਾ ਤੁਸੀਂ ਇੱਧਰ ਦੇਖ ਲਓ DK ਅਨੀ ਬਦਨੀ ਕਲਾਂ ਇੱਥੇ ਹੈਗਾ ਆਪਣੇ ਮੋਗੇ ਕੋਲੇ, ਆਪਣਾ ਨਹੀਂ ਮੋਗੇ ਨਹੀਂ ਆਪਣੇ ਫਿਰੋਜ਼ਪੁਰ ਕੋਲੇ ਆਪਣੀ ਕਮੇਟੀ ਹੈ ਜਿੱਥੇ ਬਹੁਤ ਵੱਡੇ ਗੈਂਗਸਟਰ ਦੀ ਆਪਣੇ ਮੁਦਕੀ ਗੈਂਗਸਟਰ ਦੀ ਪਿਓਰ ਨੂੰ ਟਿਕਟ ਦੇ ਕੇ ਉਹਨੂੰ ਚੇਅਰਮੈਨ ਬਣਾਉਣਾ ਚਾਹੁੰਦੇ ਸੀ। ਉੱਥੇ ਗੈਂਗਸਟਰ ਸਲੇਮ ਕਰਦੇ ਆ। ਆ ਜਿੰਨੇ ਵੀ ਗੈਂਗਸਟਰ ਹੁਣ ਜਿਵੇਂ ਤੁਸੀਂ ਸੰਦੀਪ ਸੰਧੂ ਦਾ ਨਾਂ ਲਿੱਤਾ, ਆ ਜਿੰਨੇ ਵੀ ਗੈਂਗਸਟਰ ਸਾਰੇ ਪਾਲੇ ਇਹਨਾਂ ਨੇ ਆ, ਕਿਉਂਕਿ ਮਹੀਨਾ ਇਹਨਾਂ ਤੋਂ ਲੈਂਦੇ ਆ, ਇਹਨਾਂ ਨੂੰ ਨੈਕਲੈਕਸ਼ਨਾਂ 'ਚ ਵਰਤਦੇ ਆ, ਇਹਨਾਂ ਨੂੰ ਦਹਿਸ਼ਤ ਦਾ ਮਾਹੌਲ ਫੈਲਾਉਂਦੇ ਆ, ਵਿਰੋਧੀਆਂ ਨੂੰ ਡਰਾਉਂਦੇ ਆ ਇਹਨਾਂ ਗੈਂਗਸਟਰਾਂ ਨਾਲ। ਆਹ ਤਾਂ ਹੁਣ ਆਹ ਜਿਹੜੀ ਸਰਕਾਰ ਹੈ, ਮੈਂ ਹੈਰਾਨ ਹਾਂ, ਸਰਕਾਰ ਨਾਮ ਦੀ ਚੀਜ਼ ਨਹੀਂ, ਆਹ ਤਾਂ ਲੁਟੇਰੇ ਇਕੱਠੇ ਹੋ ਗਏ ਆ। ਸਰ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਆਪਸੀ ਕਲੇਸ਼ ਨੂੰ ਲੈ ਕੇ ਉਹਨਾਂ ਇੱਕ ਦਿੱਲੀ ਮੀਟਿੰਗ ਸੱਦੀ ਗਈ ਜਿੱਥੇ ਉੱਥੇ ਕੋਸ਼ਿਸ਼ ਕੀਤੀ ਜਾਏਗੀ ਕਿ ਉਹਨਾਂ ਦਾ ਆਪਸੀ ਜਿਹੜਾ ਕਲੇਸ਼ਾਂ ਨੂੰ ਖਤਮ ਕੀਤਾ ਜਾਵੇ, ਤੁਸੀਂ ਕੀ ਮੰਨਦੇ ਹੋ ਕਿ ਕਲੇਸ਼? ਅੱਜ ਸਮਾਂ ਸਾਰੇ ਕਾਂਗਰਸੀਆਂ ਨੂੰ ਬਹਿ ਕੇ ਲੜਾਈ ਲੜਦਾ, ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਇੱਕ ਵੀ ਇਹਨਾਂ ਦਾ ਮੰਤਰੀ ਕਿਤੇ ਕਿਸੇ ਜ਼ਿਲ੍ਹੇ ਦੇ ਹਸਪਤਾਲ 'ਚ ਨਹੀਂ ਗਿਆ, ਇੱਕ ਮੁੱਖ ਮੰਤਰੀ ਦਾ ਕੀ ਨਿਕਲਣਾ ਕੀ ਸੀ, ਇੱਕ ਵੀ ਮੈਂ ਕਾਂਗਰਸ ਦਾ MLA ਨਹੀਂ ਦੇਖਿਆ, ਡਿਸਟ੍ਰਿਕਟ ਪ੍ਰੈਜ਼ੀਡੈਂਟ ਨਹੀਂ ਦੇਖਿਆ ਕਿਤੇ ਉਹ ਕਿਤੇ ਹਸਪਤਾਲ ਜਾਂਦੇ ਜਾਂ ਕੋਵਿਡ ਦੀ ਲੜਾਈ ਵਿੱਚ ਹਿੱਸਾ ਲੈਂਦੇ, ਸੋਚ ਹੀ ਹੈ ਨਹੀਂ ਇਹਨਾਂ ਦੀ। ਸਰ ਮਾਈਨਿੰਗ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇੱਕ ਦਾਅਵਾ ਕੀਤਾ ਕਿ ਜਿਹੜੇ ਉਹਨਾਂ ਦੇ ਮਿਨਿਸਟਰ ਨੇ ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੇ ਸਾਡੇ ਹਿਮਾਚਲ ਦੇ ਜਿਹੜੇ ਟਰੱਕ ਜਦੋਂ ਜਾਂਦੇ ਨੇ ਸਾਡੇ ਤੋਂ ਕੁੰਡਾ ਟੈਕਸ ਵਸੂਲਿਆ ਜਾਂਦਾ ਪੰਜਾਬ ਸਰਕਾਰ। ਇੱਕ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਦੂਜੇ ਸੂਬੇ ਦਾ ਮੰਤਰੀ ਆਪਣੇ ਸੂਬੇ ਦੀ ਲਾਲਤਾ ਮਕਰੇ ਕਿ ਗੁੰਡਾ ਟੈਕਸ ਆਪਣੇ ਪੰਜਾਬੀ ਲੈ ਜਿਹੜੇ ਕਾਂਗਰਸੀ ਲੈ ਰਹੇ ਹੈ ਰੇਤੇ 'ਤੇ। ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਲੀਅਰਲੀ, ਮੈਂ ਪਹਿਲੇ ਵੇਖਿਆ ਸੀ, ਆ ਸਾਰੀ ਰੇਤ ਮਾਫੀਆ ਦਾ ਜਿਹੜਾ ਸਰਪ੍ਰਸਤ ਹੈ ਉਹ ਸੁਨੀਲ ਜਾਖੜ ਹੈ, ਉਹ ਪਠਾਨਕੋਟ ਹੁਣ ਉਹਨੇ ਫਿਰੋਜ਼ਪੁਰ ਛੱਡ ਕੇ ਪਠਾਨਕੋਟ ਬੈਠਾ। ਆ ਸਾਰਾ ਰੇਤ ਮਾਫੀਆ ਜਿੰਨੀ ਆ ਜਿੰਨੇ ਕ੍ਰਸ਼ਰ ਹੈ ਸਾਰਿਆਂ ਨੂੰ ਕੰਟਰੋਲ ਉਹਨੇ ਹੱਥ ਆਪਣੇ ਹੱਥ 'ਚ ਕਰ ਲਿਆ। ਆਹੀ ਕਾਰਨ ਆ ਅੱਜ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਦਾ ਚੇਤਾ ਬਣਿਆ ਪਿਆ, ਕਿਉਂਕਿ ਉਹਨੂੰ ਪਤਾ ਹੈ ਜਿਸ ਦਿਨ ਮੈਂ ਪੰਗਾ ਲਊਂਗਾ ਤਾਂ ਮੇਰਾ ਗੁੰਡਾ ਟੈਕਸ ਖਤਮ ਹੋ ਜੂਗਾ। ਸੋ ਆਹ ਸਾਰਾ ਜਿੰਨਾ ਰੇਤ ਮਾਫੀਆ, ਤੁਸੀਂ ਫਿਰੋਜ਼ਪੁਰ ਚਲੇ ਜਾਓ, ਜੀਰੇ ਚਲੇ ਜਾਓ, ਸਾਰੇ MLA ਲੱਗੇ ਆ, ਇੱਥੇ ਤੁਹਾਡਾ ਫਰੀਦਕੋਟ ਲੈ ਲਓ ਜਿਹੜਾ ਤੁਹਾਡਾ ਇੱਥੋਂ ਦਾ ਜਿਹੜਾ ਕਾਂਗਰਸੀ ਹੈ ਸਭ ਤੋਂ ਵੱਡਾ ਰੇਤ ਮਾਫੀਆ ਇੱਥੋਂ। ਕੰਮ ਕਿਉਂ ਨਹੀਂ ਕਰ ਰਹੇ? 8 ਮਹੀਨੇ ਪਹਿਲੇ ਇਹਨਾਂ ਨੂੰ ਭੇਜੇ ਸੀ ਸੈਂਟਰ ਸਰਕਾਰ ਨੇ, 8 ਮਹੀਨੇ ਦੱਬਿਆਂ 'ਚ ਪਏ ਆ, ਕਿਤੇ ਇਹਨੇ ਖੋਲ੍ਹੀ 8 ਮਹੀਨਿਆਂ 'ਚ? ਜੇ 8 ਮਹੀਨੇ ਪਹਿਲੇ ਖੋਲ੍ਹ ਲੈਂਦੇ, ਜੇ ਕੋਈ ਕਮੀ ਹੁੰਦੀ ਠੀਕ ਕਰਾ ਲੈਂਦੇ ਜਾਂ ਰਿਪਲੇਸ ਕਰਾ ਲੈਂਦੇ ਜਦੋਂ ਬਿਮਾਰੀ ਆ ਗਈ। ਮੈਨੂੰ ਤਾਂ ਡਰ ਹੈ ਜੇ ਤੀਜੀ ਵੇਵ ਆਊਗੀ
ਜਿਸ ਤਰੀਕੇ ਨਾਲ ਪੰਜਾਬ ਸਰਕਾਰ ਲੱਗੀ ਆ ਬਹੁਤ ਵੱਡਾ ਨੁਕਸਾਨ ਹੋ ਸਕਦਾ। ਮੈਨੂੰ ਲੱਗਦਾ ਤੀਜੀ ਵੇਵ ਵਾਸਤੇ ਤਾਂ ਆਪਾਂ ਨੂੰ NGO ਨੂੰ ਅਤੇ ਸਾਰੀਆਂ ਸੰਸਥਾ ਨੂੰ ਲੜਾਈ ਲੜਨੀ ਪੈਣੀ ਹੈ। ਕਾਂਗਰਸ ਦਾ ਕੋਈ ਭਰੋਸਾ 6 ਮਹੀਨੇ ਹੋਏ ਕਿਸਾਨੀ ਸੰਘਰਸ਼ ਚੱਲਦੇ ਨੂੰ, ਲਗਾਤਾਰ ਦਿੱਲੀ ਦੀ ਗੁਰੂਆਂ 'ਤੇ ਬੈਠੇ ਆ, ਪਰ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਮੰਗਾਂ ਵੱਲ ਹਜੇ ਤੱਕ ਨਹੀਂ ਧਿਆਨ ਦਿੱਤਾ ਜਾ ਰਿਹਾ ਗਾ, ਇਸ ਨੂੰ ਲੈ ਕੇ ਤੁਹਾਡਾ ਫਿਰ ਕੀ? ਮੈਂ ਤਾਂ ਬੜੇ ਸਪਸ਼ਟ ਸ਼ਬਦਾਂ ਨਾਲ ਨਿੰਦਾ ਕਰਨਾ ਚਾਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦੀ। ਮੈਂ ਕਹਿੰਦਾ ਕਿ ਸਭ ਤੋਂ ਫੇਲ ਪ੍ਰਧਾਨ ਮੰਤਰੀ, ਜੇ ਹੁਣ ਇੰਨੇ ਪ੍ਰਧਾਨ ਮੰਤਰੀ ਬਣੇ ਸਭ ਤੋਂ ਫੇਲ ਆ ਰਿਹਾ। ਇੱਕ ਵੀ ਕੋਈ ਫੈਸਲਾ ਕੋਈ ਇਹੋ ਜਿਹਾ ਨਹੀਂ ਜਿਹਦੇ ਨਾਲ ਆਪਾਂ ਸ਼ਲਾਘਾ ਕਰ ਸਕੀਏ। ਅਤੇ ਆ ਜਿਹੜੀ ਕਿਸਾਨ ਵਿਚਾਰੇ ਲਗਾਤਾਰ ਸੰਘਰਸ਼ ਕਰ ਰਹੇ ਹੈ, ਗੱਲ ਕਰਨ ਨੂੰ ਤਿਆਰ ਨਹੀਂ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਡੈਮੋਕ੍ਰੇਸੀ ਵਿੱਚ ਗੱਲ ਹੀ ਨਾ ਕਰੋ? ਕਿਸਾਨਾਂ ਨੇ, ਜਥੇਬੰਦੀਆਂ ਨੇ ਸਾਰਿਆਂ ਨੇ ਚਿੱਠੀ ਵੀ ਲਿਖੀ, ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਪਰ ਨਹੀਂ।